ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਸੱਤੇ ਬਲਵੰਡ ਦੀ ਵਾਰ ਉਥਾਨਕਾ। ਸੱਤਾ ਤੇ ਬਲਵੰਡ ਦੋਵੇਂ ਸਕੇ ਭਰਾ ਪੂਰਬ ਦੇਸ਼ ਦੇ ਰਹਿਣ ਵਾਲੇ ਜਾਤ ਦੇ ਮਰਾਸੀ ਸਨ। ਬਲਵੰਡ ਵੱਡਾ ਸੀ ਅਤੇ ਸੱਤਾ ਉਸਦਾ ਛੋਟਾ ਭਰਾ ਸੀ। ਭਾਵੇਂ ਰਾਗ ਵਿਦਿਆ ਦੇ ਬੜੇ ਧਨੀ ਸਨ, ਪਰ ਤਕਦੀਰ ਅੱਗੇ ਤਦਬੀਰ ਕੁਝ ਨਹੀਂ ਕਰ ਸਕਦੀ। ਗਰੀਬੀ ਨੇ ਬੜੇ ਦਬਾਏ ਹੋਏ ਸਨ। ਆਪਣੇ ਰੁਜ਼ਗਾਰ ਵਾਸਤੇ ਦੇਸ਼ ਦੇ ਸਾਂਤਰਾਂ ਵਿੱਚ ਵੀ ਫਿਰੇ, ਪਰ ਗਰੀਬੀ ਵਾਲੀ ਪਰਾਰਬਧ ਹੋਣ ਕਰਕੇ ਕੋਈ ਸਹਾਰਾ ਨਾ ਮਿਲਿਆ। ਜਿਸ ਵੇਲੇ ਇਹਨਾਂ ਦੋਹਾਂ ਨੇ ਤਕਦੀਰਾਂ ਦੇ ਬਦਲਣ ਵਾਲੇ ਸਤਿਗੁਰਾਂ ਦੀ ਸਿਫਤ ਸੁਣੀ ਤਾਂ ਸੱਤਾ ਉਸੇ ਵੇਲੇ ਸ੍ਰੀ ਅੰਮ੍ਰਿਤਸਰ ਪੁੱਜ ਕੇ ਪੰਚਮ ਪਾਤਸ਼ਾਹ ਜੀ ਦੇ ਪਾਸ ਆ ਕੇ ਬੜੀ ਨਿਮਰਤਾ ਸਹਿਤ ਬੇਨਤੀਆਂ ਕਰਨ ਲੱਗ ਪਿਆ। ਹੇ ਗਰੀਬ ਨਿਵਾਜ, ਆਪ ਜੀ ਤੋਂ ਬਿਨਾਂ ਸਾਨੂੰ ਹੋਰ ਕੋਈ ਆਸਰਾ ਨਹੀਂ, ਆਪ ਸਾਡੀ ਰੱਖਿਆ ਕਰੋ। ਹਜ਼ੂਰ ਨੇ ਬੜਾ ਸਤਿਕਾਰ ਕੀਤਾ ਤੇ ਪੁੱਛਿਆ, ਕੀ ਕੰਮ ਕਰਦੇ ਹੋ? ਇਸਨੇ ਕਿਹਾ, ਮਹਾਰਾਜ ਅਸੀਂ ਰਬਾਬੀ ਹੁੰਦੇ ਹਾਂ, ਕਈ ਪੁਸ਼ਤਾਂ ਤੋਂ ਰਾਗ ਕਰਨ ਦਾ ਹੀ ਖਾਨਦਾਨੀ ਪੇਸ਼ਾ ਹੈ। ਸਤਿਗੁਰੂ ਜੀ ਬੋਲੇ, ਚੰਗਾ, ਸਾਡੇ ਪਾਸ ਠਹਿਰ ਕੇ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸੁਣਾਇਆ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਚੋਂ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ। ਹਜ਼ੂਰ ਦਾ ਬਚਨ ਸੁਣ ਕੇ ਸੱਤਾ ਸਤਿਗੁਰਾਂ ਦੇ ਪਾਸ ਹੀ ਠਹਿਰ ਗਿਆ। ਹਜ਼ੂਰ ਨੇ ਭਾਈ ਸ਼ਾਲੋ ਜੀ ਦੀ ਧਰਮਸ਼ਾਲਾ ਦੇ ਪਾਸ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ। ਉਧਰ ਸੱਤੇ ਦਾ ਵੱਡਾ ਭਰਾ ਬਲਵੰਡ ਕਈ ਸ਼ਹਿਰਾਂ ਵਿੱਚ ਫਿਰਿਆ, ਪਰ ਕਿਤੇ ਵੀ ਉਸਦਾ ਕੰਮ ਨਾ ਚੱਲਿਆ। ਤਾਂ ਇਹ ਵੀ ਆਪਣੇ ਭਰਾ ਦੇ ਪਾਸ ਸ੍ਰੀ ਅੰਮ੍ਰਿਤਸਰ ਪੁੱਜ ਕੇ ਪੰਚਮ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੜੀ ਨਿਮਰਤਾ ਨਾਲ ਉਸਤਤੀ ਕਰਦਾ ਹੋਇਆ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਬਿਤ ਆਇਓ ਨਿਜ ਦੁਆਰੇ ਦਇਆ ਕਲਪੱਤਰ ਥਾਰੇ ਭਾਰੇ, ਬਿਰਦ ਬਿਲੰਦ ਦੀਨ ਦਰਦ ਬਿਦਾਰੇ ਹੋ, ਦਰੋਪਤੀ ਉਧਾਰੀ ਗਜ ਗ੍ਰਹ ਤੇ ਛੁਟਾਰੀ, ਭੀਰ ਰਾਕਸ਼ਨ ਮਾਰੀ ਵੈਰੀ ਦੇਵਨ ਨਿਹਾਰੇ ਹੋ, ਪ੍ਰਹਿਲਾਦ ਮੋਚਨ ਬਿਲੋਚਨ ਸੋ ਪੁੰਡਰੀਕ, ਪੋਚ ਬਾਲਮੀਕ ਜਸਮ ਸੋਚ ਕੀਓ ਚਾਰੋ ਹੋ, ਗਨਕਾ ਗਿਨੀ ਹੈ ਕੌਣ ਤੀਰਥ ਪਰਸ ਆਈ, ਐਸੇ ਇਹ ਉਧਾਰੇ ਤੈਸੇ ਮੋਹੇ ਕੋ ਉਧਾਰੇ ਹੋ। ਗੁਰਪ੍ਰਤਾਪ ਸੂਰਜ ਰਾਸ ਤੀਜੀ ਅੰਸੂ 43 ਵਾਲੀ। ਇਸ ਪ੍ਰਕਾਰ ਦੀ ਬੇਨਤੀ ਸੁਣ ਕੇ ਪੰਚਮ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਕਿਹਾ, ਤੂੰ ਵੀ ਆਪਣੇ ਭਰਾ ਦੇ ਪਾਸ ਰਹਿ ਕੇ ਸੰਗਤਾਂ ਨੂੰ ਕੀਰਤਨ ਦੁਆਰੇ ਪ੍ਰਸੰਨ ਕਰ, ਤੈਨੂੰ ਵੀ ਕਿਸੇ ਗੱਲ ਦਾ ਘਾਟਾ ਨਹੀਂ ਰਹੇਗਾ, ਕਿਉਂਕਿ ਤੁਹਾਡੀ ਸ਼ੁਰੂ ਤੋਂ ਹੀ ਗੁਰੂ ਨਾਨਕ ਘਰ ਨਾਲ ਸਾਂਝ ਚੱਲੀ ਆਈ ਹੈ।
ਪਹਿਲੇ ਪਾਤਸ਼ਾਹ ਜੀ ਦੇ ਪਾਸ ਭਾਈ ਮਰਦਾਨਾ ਕੀਰਤਨ ਕਰਦਾ ਹੁੰਦਾ ਸੀ। ਦੂਜੀ ਪਾਤਸ਼ਾਹੀ ਜੀ ਨੂੰ ਭਾਈ ਦਾਨਾ ਰਾਗ ਦੁਆਰੇ ਕੀਰਤਨ ਸੁਣਾਇਆ ਕਰਦਾ ਸੀ। ਤੀਜੇ ਤੇ ਚੌਥੇ ਪਾਤਸ਼ਾਹ ਜੀ ਪਾਸ ਭਾਈ ਦਾਲਾ ਰਬਾਬੀ ਕੀਰਤਨ ਕਰਦਾ ਹੁੰਦਾ ਸੀ। ਹੁਣ ਤੁਸੀਂ ਸਾਡੇ ਪਾਸ ਆ ਗਏ ਹੋ, ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ। ਪ੍ਰਸੰਨ ਹੋ ਕੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਕਰੋ। ਹਜ਼ੂਰ ਤੋਂ ਇਹ ਬਚਨ ਸੁਣ ਕੇ ਦੋਵੇਂ ਭਰਾ ਬੜੇ ਪ੍ਰਸੰਨ ਹੋਏ। ਜਦੋਂ ਇਕੱਠਿਆਂ ਨੇ ਮਿਲ ਕੇ ਸੰਗਤ ਨੂੰ ਕੀਰਤਨ ਸੁਣਾਉਣਾ ਤਾਂ ਸੰਗਤ ਵੱਲੋਂ ਮਾਇਆ ਤੇ ਹੋਰ ਪਦਾਰਥਾਂ ਦੀ ਮੀਂਹ ਵਾਂਗ ਵਰਖਾ ਹੋਣ ਲੱਗ ਪਈ ਅਤੇ ਜਿਉਂ ਜਿਉਂ ਸੰਗਤ ਪ੍ਰਸ਼ੰਸਾ ਕਰਦੀ ਹੋਈ ਤਿਉਂ ਤਿਉਂ ਇਹਨਾਂ ਦੇ ਅੰਦਰ ਮਾਣ ਆਉਣਾ ਸ਼ੁਰੂ ਹੋ ਗਿਆ। ਜਥਾ ਅਸ ਕੋ ਜਨਮਿਓ ਭਵ ਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਹਜ਼ੂਰ ਨੇ ਪ੍ਰਸੰਨ ਹੋ ਕੇ ਬਲਵੰਡ ਰਾਏ ਨੂੰ ਰਾਏ ਦਾ ਖਿਤਾਬ ਬਖਸ਼ ਦਿੱਤਾ। ਸਮਾਂ ਬੀਤਦਾ ਗਿਆ। ਇੱਕ ਇਹਨਾਂ ਦੀ ਪੁੱਤਰੀ ਦੇ ਸਮਾਨ ਛੋਟੀ ਭੈਣ ਸੀ। ਉਸਦੇ ਨਿਕਾਹ ਅਰਥਾਤ ਵਿਆਹ ਵਾਸਤੇ ਇਹਨਾਂ ਨੇ ਵਿਚਾਰ ਕੀਤੀ ਕਿ ਅਸੀਂ ਪੰਚਮ ਪਾਤਸ਼ਾਹ ਜੀ ਦੇ ਕੀਰਤਨੀਏ ਹਾਂ, ਜਿਨ੍ਹਾਂ ਦੇ ਚਰਨਾਂ ਤੇ ਲੱਖਾਂ ਹੀ ਪ੍ਰੇਮੀ ਨਿਉਂਦੇ ਹਨ। ਜੇ ਅਸੀਂ ਆਪਣੀ ਭੈਣ ਦਾ ਵਿਆਹ ਚੰਗੀ ਤਰ੍ਹਾਂ ਸੱਜ ਧੱਜ ਨਾਲ ਨਾ ਕੀਤਾ ਤਾਂ ਫਿਰ ਸੰਗਤਾਂ ਵਿੱਚ ਸਾਡੀ ਇੱਜ਼ਤ ਕਿਵੇਂ ਰਹੇਗੀ? ਪਰ ਇਤਨਾ ਧਨ ਸਾਡੇ ਪਾਸ ਵੀ ਨਹੀਂ ਹੈ ਜੋ ਭੈਣ ਦਾ ਨਿਕਾਹ ਬੜੇ ਠਾਠ ਬਾਠ ਨਾਲ ਕਰੀਏ। ਅਖੀਰ ਨੂੰ ਸੋਚਦਿਆਂ ਸੋਚਦਿਆਂ ਇਹ ਵਿਚਾਰ ਫੁਰੀ ਕਿ ਪੰਜਵੇਂ ਪਾਤਸ਼ਾਹ ਜੀ ਪਾਸੋਂ ਧਨ ਮੰਗ ਲਈਏ। ਉੱਥੇ ਕੀ ਘਾਟਾ ਹੈ, ਉਹ ਜ਼ਰੂਰ ਦੇ ਵੀ ਦੇਣਗੇ। ਜਥਾ ਰਾਗ ਰਾਗਨੀ ਕਰ ਅਨਰਾਗੇ, ਗਾਵੇ ਸੁੰਦਰ ਸਭ ਸ਼ੁਭ ਲਾਗੇ। ਸਿੱਖ ਸਰਾਹਨ ਕਰੇ ਸੁਨੰਤੇ, ਤਯੋਂ ਤਯੋਂ ਸੋ ਅਹੰਕਾਰ ਕਰੰਤੇ। ਇਸ ਬਿਦ ਕੇਤਕ ਕਾਲ ਬਿਤਾਇਓ, ਦਿਨ ਪ੍ਰਤ ਉਰ ਹੰਕਾਰ ਵਧਾਇਓ। ਕਿਰਪਾ ਸਿੰਧ ਨੇ ਤਿੰਨ ਗਤ ਜਾਨੀ, ਹੋਛੈ ਡੂਮ ਜਾਤ ਭਏ ਮਾਨੀ। ਆਦ ਅੰਤ ਕੀ ਦਸ਼ਾ ਬਿਸਾਰੀ, ਹਮ ਵਿਦਿਆ ਵੱਡ ਕੇ ਵੱਡ ਪੇ ਹੰਕਾਰੀ। ਗੁਰੂ ਗਰੀਬ ਨਿਵਾਜ ਨ ਜਾਨਾ, ਗਾਏ ਨੀਕ ਹਮ ਭਏ ਮਹਾਨਾ। ਹੰਕਾਰਤ ਕੁਛ ਸਮੈਂ ਬਿਤਾਵਾ, ਭਗਨੀ ਕੋ ਸੋ ਵਿਆਹ ਤਬ ਆਵਾ। ਜੁਗ ਭਰਾਤਾ ਸਤਿਗੁਰ ਢਿੱਗ ਗਏ, ਮੁਖ ਤੇ ਕਰਤ ਸੁਜਸ ਕੋ ਪਏ। ਦੋਵਾਂ ਨੇ ਹਜ਼ੂਰ ਦੇ ਪਾਸ ਪੁੱਜ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਸਾਡਾ ਕਾਰਜ ਕਰੋ, ਭੈਣ ਦੇ ਵਿਆਹ ਵਾਸਤੇ ਸਾਡੇ ਪਾਸ ਖਰਚ ਨਹੀਂ ਹੈ, ਇਸ ਦੀ ਆਪ ਨੂੰ ਲਾਜ ਹੈ ਕਿਉਂਕਿ ਅਸੀਂ ਆਪ ਦੇ ਰਬਾਬੀ ਹਾਂ। ਹਜ਼ੂਰ ਨੇ ਕਿਹਾ, ਕੀ ਚਾਹੁੰਦੇ ਹੋ? ਜਿਤਨਾ ਆਖਦੇ ਹੋ ਤੁਹਾਨੂੰ ਗੁਰੂ ਘਰ ਵਿੱਚੋਂ ਦਿਵਾ ਦਿੰਦੇ ਹਾਂ। ਇਹਨਾਂ ਨੇ ਮਨ ਵਿੱਚ ਵਿਚਾਰ ਕੀਤੀ, ਜੇ ਅਸੀਂ ਮੂੰਹੋਂ ਮੰਗ ਕੇ ਲਿਆ ਤਾਂ ਸ਼ਾਇਦ ਇਤਨਾ ਧਨ ਸਤਿਗੁਰੂ ਮਹਾਰਾਜ ਦੇਣ ਜਾਂ ਨਾ ਦੇਣ। ਕਿਉਂ ਨਾ ਹੋਵੇ, ਵਿਸਾਖੀ ਵਾਲੇ ਦਿਨ ਦੀ ਸਾਰੀ ਭੇਟਾ ਮੰਗ ਲਈਏ। ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਵਿਸਾਖੀ ਦਾ ਪੁਰਬ ਪਰਸੋਂ ਆ ਰਿਹਾ ਹੈ, ਉਸ ਦਿਨ ਦੀ ਸਾਰੀ ਭੇਟਾ ਸਾਨੂੰ ਬਖਸ਼ ਦਿਓ, ਸਾਡਾ ਕਾਰਜ ਹੋ ਜਾਵੇਗਾ।
ਅੰਤਰਜਾਮੀ ਸਤਿਗੁਰਾਂ ਨੇ ਇਹਨਾਂ ਦੇ ਦਿਲ ਦੀ ਖੁਟਿਆਈ ਜਾਣ ਕੇ ਕਿਹਾ ਕਿ ਤੁਸੀਂ ਇਉਂ ਸਾਡੇ ਨਾਲ ਠੇਕਾ ਨਾ ਕਰੋ। ਕਦੇ ਤਾਂ ਸੰਗਤ ਬਹੁਤੀ ਆ ਜਾਂਦੀ ਹੈ ਤਾਂ ਭੇਟਾ ਵੱਧ ਜਾਂਦੀ ਹੈ, ਕਦੇ ਸੰਗਤ ਦੇ ਘੱਟ ਆਉਣ ਕਰਕੇ ਭੇਟਾ ਥੋੜ੍ਹੀ ਆਉਂਦੀ ਹੈ। ਤੁਹਾਨੂੰ ਜਿਤਨੀ ਲੋੜ ਹੈ ਮੂੰਹੋਂ ਮੰਗ ਕੇ ਲੈ ਲਵੋ, ਪਰ ਇਹ ਆਪਣੇ ਹੱਥ ਤੇ ਅੜੇ ਰਹੇ ਕਿ ਮਹਾਰਾਜ ਸਾਨੂੰ ਵਿਸਾਖੀ ਵਾਲੇ ਦਿਨ ਦੀ ਭੇਟਾ ਹੀ ਦਿਓ। ਗਰਭ ਪਰਹਾਰੀ ਸਤਿਗੁਰਾਂ ਨੇ ਪ੍ਰਵਾਨ ਕਰ ਲਈ, ਪਰ ਵਿਸਾਖੀ ਵਾਲੇ ਦਿਨ ਕੇਵਲ 100 ਰੁਪਇਆ ਹੀ ਭੇਟਾ ਦਾ ਆਇਆ। ਸ਼ਾਮ ਨੂੰ ਸਾਰਾ ਇਕੱਠਾ ਕਰਕੇ ਸਤਿਗੁਰਾਂ ਨੇ ਦੋਹਾਂ ਭਰਾਵਾਂ ਨੂੰ ਪਾਸ ਬੁਲਾ ਕੇ ਕਿਹਾ ਇਹ ਧਨ ਲੈ ਜਾਓ। ਪਰ 100 ਰੁਪਇਆ ਸੁਣ ਕੇ ਇਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਆਪ ਸਾਡੇ ਨਾਲ ਮਖੌਲ ਕਰਦੇ ਹੋ, 1000 ਰੁਪਏ ਨਾਲ ਵਿਆਹ ਮਸਾਂ ਹੋਣਾ ਹੈ ਤੇ ਆਪ 100 ਦਿੰਦੇ ਹੋ। ਗੁਰੂ ਸਾਹਿਬ ਜੀ ਬੋਲੇ, ਤੁਸਾਂ ਆਪ ਹੀ ਵਿਸਾਖੀ ਦੀ ਭੇਟਾ ਮੰਗੀ ਹੈ, ਅਸੀਂ ਤਾਂ ਕਿਹਾ ਸੀ ਇਸ ਤਰ੍ਹਾਂ ਨਾ ਕਰੋ, ਪਰ ਤੁਹਾਡੀ ਪ੍ਰਾਰਬਧ ਹੀ ਐਸੀ ਹੈ। ਇਹ ਸੁਣ ਕੇ ਕਹਿਣ ਲੱਗੇ, ਤੁਸਾਂ ਨੇ ਸੰਗਤ ਨੂੰ ਮਾਇਆ ਚੜਾਉਣ ਤੋਂ ਰੋਕ ਦਿੱਤਾ ਹੈ ਕਿ ਅੱਜ ਭੇਟਾ ਮਰਾਸੀਆਂ ਨੂੰ ਦੇਣੀ ਹੈ, ਇਸ ਤੇ ਥੋੜ੍ਹੀ ਅਰਪੋ। ਮਹਾਰਾਜ ਕਹਿਣ ਲੱਗੇ, ਬਹੁਤੇ ਸੰਕਲਪਾਂ ਵਿਕਲਪਾਂ ਵਿੱਚ ਮਨ ਨੂੰ ਨਾ ਪਾਵੋ, ਇਹ 100 ਰੁਪਇਆ ਹੀ ਲੈ ਜਾਓ, ਹੋਰ ਜਿਤਨਾ ਕਹੋਗੇ ਦੇ ਦੇਵਾਂਗੇ। ਤੁਸਾਂ ਸਦਾ ਹੀ ਗੁਰੂ ਘਰ ਚੋਂ ਲੈਣਾ ਹੀ ਲੈਣਾ ਹੈ। ਜਦ ਗੁਰੂ ਸਾਹਿਬ ਜੀ ਨੇ ਪਿਆਰ ਨਾਲ ਕਿਹਾ ਤਾਂ 100 ਰੁਪਇਆ ਫੜ ਤਾਂ ਲਿਆ, ਪਰ ਨਾਰਾਜ਼ ਹੋ ਕੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਦੇ ਹੋਏ ਘਰ ਚਲੇ ਗਏ। ਜਥਾ, ਸਭ ਦਿਨ ਕੀ ਪੂਜਾ ਗਿਨ ਜਬੈ, ਭਇਓ ਰਜਤ ਪਨ 100 ਤਬੈ, ਦੂਹੂ ਭਰਾਤ ਕਉ ਸਗਰੋ ਦੀਨ, ਗਰਬੇ ਮੂਡ ਨਹੀਂ ਤਬ ਲੀਨ, ਦੀਏ ਬਗਾਏ ਗੁਰੂ ਕੇ ਆਗੇ, ਹਮ ਸੋ ਕਰਨ ਮਸ਼ਕਰੀ ਲਾਗੇ, ਕਿਆ ਹਮ ਲੈ ਕੇ ਵਿਆਹ ਰਚਾਵੇਂ, ਧਨ ਬਹੁ ਘਰ ਤੇ ਕਿਉਂ ਨਾ ਦਿਵਾਵੇਂ, ਸੁਨਤ ਸਤਿਗੁਰੂ ਧੀਰਜ ਦੀਨ, ਪੂਰਹਿ ਸ੍ਰੀ ਨਾਨਕ ਇਸ਼ਕੀਨ, ਲਿਹੋ ਧਨ ਇਤੋ ਨਿਬਾਹੋ ਕਾਰ, ਕਰਤ ਕੀਰਤਨ ਲਹੋ ਉਦਾਰ, ਸਤਿਗੁਰ ਘਰ ਤੇ ਨਿਤ ਤੁਮ ਲੈਣਾ, ਏਕ ਬਾਰ ਨਹਿ ਕੀਨਸ ਦੇਨਾ, ਸਦਾ ਤੁਮਾਰੀ ਸਾਂਝ ਹਮਾਰੇ, ਨਹਿ ਫੇਰੋ ਲੀਜੋ ਇਹੋ ਪਿਆਰੇ, ਬਹੁ ਨਮਰਤਾ ਕਰ ਗੁਰ ਕਹਿਓ, ਤਬ ਸਭ ਦਰਬ ਹਾਥ ਨਿਜ ਗਹਿਓ, ਲੇ ਗਮਨੇ ਮਤ ਮੰਦ ਨਿਕੇਤ, ਬੋਲਤ ਭੇ ਗੁਰ ਨਿੰਦ ਸਮੇਤ, ਕਿ ਅੱਜ ਤੋਂ ਬਾਅਦ ਅਸਾਂ ਨੇ ਗੁਰੂ ਦਰਬਾਰ ਵਿੱਚ ਕੀਰਤਨ ਨਹੀਂ ਕਰਨਾ। ਅਸੀਂ ਨਿਤਾ ਪ੍ਰਤੀ ਸੰਗਤਾਂ ਨੂੰ ਕੀਰਤਨ ਸੁਣਾਉਂਦੇ ਸਾਂ, ਪਰ ਸਾਡੀ ਇੱਕ ਮੰਗ ਵੀ ਪੂਰੀ ਨਾ ਕੀਤੀ। ਸਤਿਗੁਰਾਂ ਦੇ ਪਾਸ ਕੀਰਤਨ ਕਰਕੇ ਅਸੀਂ ਕੀ ਲੈ ਲਿਆ? ਇਸ ਤਰ੍ਹਾਂ ਦੇ ਬਚਨ ਬੋਲਦੇ ਹੋਏ ਘਰ ਪੁੱਜ ਗਏ, ਪਰ ਦੂਸਰੇ ਦਿਨ ਕੀਰਤਨ ਕਰਨ ਵਾਸਤੇ ਨਾ ਆਏ। ਕੀਰਤਨ ਦੇ ਰਸੀਏ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ, ਰਬਾਬੀ ਨਹੀਂ ਆਏ, ਜਾ ਕੇ ਘਰੋਂ ਬੁਲਾ ਲਿਆਓ। ਦਿਵਸ ਅਗਲੇ ਜਬ ਹੀ ਜਾਣੇ, ਸਿੱਖ ਯਨ ਸੋ ਤਬ ਬਾਕ ਬਖਾਨੇ,
ਨਹੀਂ ਰਬਾਬੀ ਚੱਲ ਕਰ ਆਏ, ਜਾਹੋ ਸਦਨ ਤੇ ਲਾਇਓ ਬੁਲਾਏ। ਹਜ਼ੂਰ ਦਾ ਹੁਕਮ ਸੁਣ ਕੇ ਭਾਈ ਗੁਰਦਾਸ ਜੀ ਇਹਨਾਂ ਦੇ ਘਰ ਗਏ ਅਤੇ ਕਿਹਾ, ਗੁਰੂ ਪਿਆਰਿਓ, ਵਡਭਾਗੀਓ, ਚਲੋ ਤੁਹਾਨੂੰ ਸੰਗਤ ਉਡੀਕਦੀ ਹੈ। ਸਤਿਗੁਰਾਂ ਨੇ ਆਪ ਸੱਦਣ ਵਾਸਤੇ ਮੈਨੂੰ ਭੇਜਿਆ ਹੈ। ਉੱਠੋ ਚਲੋ ਵਡਭਾਗ ਤੁਮਾਰਾ, ਸਤਿਗੁਰ ਸਿਮਰਤ ਤੁਮਹੋ ਹਕਾਰਾ। ਤਾਂ ਇਹ ਦੋਵੇਂ ਹੰਕਾਰ ਵਿੱਚ ਬੋਲੇ, ਅਸੀਂ ਗੁਰਾਂ ਪਾਸ ਜਾ ਕੇ ਕੀ ਲੈ ਲਿਆ ਹੈ? ਜਦੋਂ ਅਸੀਂ ਜਾ ਕੇ ਕੀਰਤਨ ਕਰਦੇ ਹਾਂ ਤਾਂ ਸੰਗਤ ਆ ਜੁੜਦੀ ਹੈ। ਫਿਰ ਗੁਰੂ ਸਾਹਿਬ ਜੀ ਗੱਦੀ ਲਾ ਕੇ ਬੈਠਦੇ ਤੇ ਆਪਣੀ ਪੂਜਾ ਕਰਾਉਂਦੇ ਹਨ। ਜੇ ਅਸੀਂ ਨਾ ਗਏ ਤਾਂ ਕਿਸੇ ਸਿੱਖ ਨੇ ਉਹਨਾਂ ਪਾਸ ਨਹੀਂ ਆਉਣਾ। ਇਸ ਤਰ੍ਹਾਂ ਅਸ਼ਰਧਾ ਵਾਲੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਤੁਹਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ, ਤੁਸੀਂ ਸਤਿਗੁਰਾਂ ਨਾਲ ਹੀ ਸੋਭਦੇ ਹੋ, ਚਲੋ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਪਰ ਫਿਰ ਵੀ ਮੰਦਭਾਗੀ ਆਪਣੇ ਹੱਥ ਤੋਂ ਪਿੱਛੇ ਨਾ ਹਟੇ। ਭਾਈ ਗੁਰਦਾਸ ਜੀ ਵਾਪਸ ਮੁੜ ਆਏ ਤੇ ਸਾਰੀ ਗੱਲ ਹਜ਼ੂਰ ਨੂੰ ਆ ਸੁਣਾਈ। ਸਤਿਗੁਰੂ ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਕਿ ਤੁਸੀਂ ਬੁਲਾ ਕੇ ਲਿਆਓ। ਤਦ ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਕਿਹਾ, ਤੁਸਾਂ ਨੇ ਆਪਣੇ ਮਨ ਵਿੱਚ ਮਾਇਆ ਵਾਸਤੇ ਨਾਰਾਜ਼ਗੀ ਧਾਰਨ ਕੀਤੀ ਹੈ, ਚਲੋ ਜਿਤਨੀ ਕਹੋ ਤੁਹਾਨੂੰ ਮਾਇਆ ਦਿਵਾ ਦਿੰਦੇ ਹਾਂ। ਗੁਰੂ ਨਾਨਕ ਦਾ ਖਜ਼ਾਨਾ ਅਤੁੱਟ ਹੈ, ਪਰ ਸੰਗਤ ਨੂੰ ਕੀਰਤਨ ਜ਼ਰੂਰ ਸੁਣਾਓ। ਰਬਾਬੀਆਂ ਨੇ ਕਿਹਾ, ਜਿਸ ਖਜ਼ਾਨੇ ਨੂੰ ਅਤੁੱਟ ਕਹਿੰਦੇ ਹੋ, ਸਾਨੂੰ ਤਾਂ ਉਸ ਖਜ਼ਾਨੇ ਦਾ ਪਤਾ ਨਹੀਂ ਕਿੱਥੇ ਰੱਖਿਆ ਹੋਇਆ ਹੈ। ਅਸਾਂ ਤਾਂ ਇਤਨੇ ਸਾਲ ਐਵੇਂ ਬਿਤਾ ਕੇ 100 ਰੁਪਇਆ ਹੀ ਪਾਇਆ ਹੈ, ਹੁਣ ਕਿਸੇ ਤਰ੍ਹਾਂ ਵੀ ਉਹਨਾਂ ਦੇ ਪਾਸ ਨਹੀਂ ਜਾਵਾਂਗੇ, ਚਾਹੇ ਕਿਤਨਾ ਯਤਨ ਕਰ ਲੈਣ। ਸਾਡੇ ਵਿੱਚ ਇਹ ਸਮਰੱਥਾ ਤਾਕਤ ਹੈ ਕਿ ਜਿਸ ਸੋਢੀ ਪਾਸ ਵੀ ਕੀਰਤਨ ਕਰਾਂਗੇ ਉਸੇ ਨੂੰ ਗੁਰੂ ਬਣਾ ਦੇਵਾਂਗੇ। ਬਾਬਾ ਬੁੱਢਾ ਜੀ ਵੱਲੋਂ ਜਥਾ, ਚਲਹੋ ਰਬਾਬੀ ਗੁਰੂ ਹਕਾਰਤ, ਢਿੱਗ ਚੱਲ ਨਿਜ ਦੁੱਖ ਕਯੋਂ ਉਚਾਰਤ। ਚਲਹੋ ਰਬਾਬੀ ਗੁਰੂ ਹਕਾਰਤ, ਢਿੱਗ ਚੱਲ ਨਿਜ ਦੁੱਖ ਕਿਉਂ ਨਾ ਉਚਾਰਤ। ਨੌ ਨਿਧ ਰਿਧ ਸਿੱਧ ਰਮਾ ਬਡੇਰੀ, ਸ੍ਰੀ ਗੁਰ ਕੋ ਰੁਖ ਨਿਤ ਪ੍ਰਤ ਹੇਰੀ। ਜਿਸ ਦਿਸ਼ ਸ਼ਾਰਤ ਆਪ ਉਸਾਰਤ, ਤਿਸ ਢਿੱਗ ਜਾਤ ਬਿਲਮ ਨਹਿ ਧਾਰਤ। ਅਸ ਪ੍ਰਭ ਕੋ ਤੁਮ ਤਿਆਗਤ ਕੈਸੇ, ਸਮਝ ਸੋ ਮਿਲਹੋ ਪ੍ਰਤੀਖਤ ਬੈਸੇ। ਦੋਨੋ ਭਰਾਤ ਗਰਭ ਕਰ ਕਹਿਓ, ਤਿਨ ਢਿੱਗ ਹਮਹੋ ਕਛੂ ਨਹਿ ਲਹਿਓ। ਨਹੀਂ ਜਾਏ ਅਬ ਕੈਸੇ ਪਾਸ, ਤਿਨਕੋ ਤਜ ਹਮ ਰਹਿ ਆਵਾਸ। ਸੁਨ ਕਠੋਰ ਬਾਣੀ ਤਿਨ ਕੇਰੀ, ਕਹਿਓ ਜਾਏ ਗੁਰ ਕੋ ਤਿਸ ਦੇਰੀ। ਪ੍ਰਭ ਜੀ ਨਹਿ ਮਾਨੈ ਕਿਮ ਮੂਢੇ, ਰਹਿਓ ਗਰਭ ਮਦ ਰਿਦੇ ਅਰੂਢੇ। ਇਸ ਪ੍ਰਕਾਰ ਦੇ ਬਚਨ ਬਾਬਾ ਬੁੱਢਾ ਸਾਹਿਬ ਜੀ ਦੇ ਮੁੱਖੋਂ ਸੁਣ ਕੇ ਖਿਮਾ ਦੀ ਅਹੁਦੀ ਸਤਿਗੁਰੂ ਜੀ ਨੇ ਆਪ ਚੱਲਣ ਦੀ ਵਿਚਾਰ ਕੀਤੀ ਕਿ ਉਹਨਾਂ ਦੇ ਮਨ ਵਿੱਚ ਵਿਦਿਆ ਤੇ ਧਨ ਦਾ ਮਾਣ ਹੈ,
ਇਹ ਮਾਨ ਪੁਰਸ਼ ਨੂੰ ਅਸਲੀਅਤ ਤੋਂ ਭੁਲਾ ਦਿੰਦਾ ਹੈ। ਕਰਿਓ ਵਿਚਾਰਨ ਦਰਬ ਸੁਭਾਏ, ਜਿਸ ਟਿਗ ਆਵੈ ਸੁਧ ਤਿਸ ਜਾਏ। ਗੁਰ ਪਰਮੇਸਰ ਬੀਸਰ ਜੈ ਹੈ, ਲਾਲਚ ਲਗੇ ਕਸ਼ਟ ਕੋ ਪੈ ਹੈ। ਕਰੇ ਬਾਵਰਾ ਸੁਰਤ ਬਿਸਾਰੈ, ਜੋਗ ਅਜੋਗ ਨ ਬਹੁਰ ਵਿਚਾਰੈ। ਗੁਰਪ੍ਰਤਾਪ ਸੂਰਜ ਰਾਸ ਪਹਿਲੀ ਅੰਸੂ ਚਰਿੰਜਵਾਂ। ਸਾਦਰ ਆਨੇ ਤਿਨ ਕੋ ਜਾਏ, ਬਹੁਰੋ ਦਰਬ ਦੇਹ ਸਮਦਾਏ। ਕੀਰਤਨ ਦਾ ਪਿਆਰ ਤੇ ਗੁਣੀਆਂ ਦਾ ਆਦਰ ਕਰਨਾ ਹਜ਼ੂਰ ਦਾ ਸੁਤੇ ਹੀ ਸੁਭਾਵ ਸੀ। ਇਮ ਵਿਚਾਰ ਕਰ ਭੇ ਗੁਰ ਤਿਆਰੀ, ਜਿਨ ਸੁਭਾਵ ਪਰ ਕਵ ਬਲਹਾਰੀ। ਗੁਰਪ੍ਰਤਾਪ ਸੂਰਜ ਰਾਸ ਤੀਜੀ ਅੰਸੂ 43। ਗਰੀਬ ਨਿਵਾਜ ਸਤਿਗੁਰੂ ਜੀ ਇਹਨਾਂ ਦੇ ਘਰ ਪੁੱਜੇ, ਜੋ ਭਾਈ ਸ਼ਾਲੋ ਜੀ ਦੀ ਧਰਮਸ਼ਾਲਾ ਦੇ ਪਾਸ ਸੀ। ਪਰ ਉਹ ਤਰਲੋਕੀ ਨਾਥ ਸਤਿਗੁਰਾਂ ਨੂੰ ਘਰ ਵਿੱਚ ਆਇਆ ਦੇਖ ਕੇ ਵੀ ਉੱਠ ਕੇ ਖੜੇ ਨਾ ਹੋਏ, ਨਾ ਹੀ ਮੱਥਾ ਟੇਕਿਆ, ਚੁੱਪ ਧਾਰਨ ਕਰਕੇ ਬੈਠੇ ਹੀ ਰਹੇ। ਪੌਰ ਪਰਵੇਸ਼ੇ ਸਦਨ ਮਹਿ, ਸ੍ਰੀ ਅਰਜਨ ਠਾਡੇ। ਦੇਖ ਨ ਆਦਰ ਉੱਠ ਕਰਿਓ, ਔਰ ਗਰਭ ਜੋ ਬਾਢੇ। ਬੈਠ ਰਹੇ ਦੋਨੋ ਮੁਗਧ, ਮੁਖ ਧਾਰ ਕਰ ਮੌਨਾ। ਮਹਿਮਾ ਲਖੇ ਨ ਗੁਰੂ ਕੀ, ਚਲ ਆਏ ਭਾਉਨਾ। ਸਤਿਗੁਰੂ ਜੀ ਕਹਿਣ ਲੱਗੇ, ਪ੍ਰੇਮੀਓ, ਇਹੋ ਜਿਹਾ ਕੀ ਕਾਰਨ ਹੈ ਜਿਸ ਤੇ ਤੁਸੀਂ ਇਤਨੀ ਸਖਤ ਨਾਰਾਜ਼ਗੀ ਧਾਰਨ ਕਰੀ ਬੈਠੇ ਹੋ? ਧਨ ਤਾਂ ਆਉਣ ਜਾਣ ਵਾਲੀ ਚੀਜ਼ ਹੈ, ਇਹ ਕਿਸੇ ਪਾਸ ਸਦਾ ਨਹੀਂ ਟਿਕਦਾ। ਧਨ ਵਾਸਤੇ ਕਿਉਂ ਨਾਰਾਜ਼ ਹੋਏ? ਚਲੋ, ਤੁਹਾਨੂੰ ਜਿਤਨਾ ਕਹੋ ਉਤਨਾ ਹੀ ਧਨ ਦਿੰਦੇ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਜ਼ਾਨੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਇਹ ਗੱਲ ਸੁਣ ਕੇ ਦੋਵੇਂ ਭਰਾ ਬੜੇ ਗੁੱਸੇ ਵਿੱਚ ਬੋਲੇ, ਅਸੀਂ ਤਾਂ ਇਤਨਾ ਚਿਰ ਤੁਹਾਡੇ ਪਾਸ ਕੀਰਤਨ ਕਰਕੇ ਐਵੇਂ ਹੀ ਸਮਾਂ ਬਤੀਤ ਕੀਤਾ ਹੈ, ਸਾਨੂੰ ਲਾਭ ਕੋਈ ਨਾ ਹੋਇਆ, ਨਾ ਸਾਨੂੰ ਉਸ ਗੁਰੂ ਨਾਨਕ ਦੇ ਖਜ਼ਾਨੇ ਦਾ ਹੀ ਪਤਾ ਲੱਗਿਆ ਕਿ ਉਹ ਤੁਸਾਂ ਕਿੱਥੇ ਰੱਖਿਆ ਹੋਇਆ ਹੈ। 1,000 ਰੁਪਇਆ ਵਿਆਹ ਤੇ ਲੱਗਦਾ ਹੈ ਤੇ ਤੁਸਾਂ ਨੇ 100 ਹੀ ਦਿੱਤਾ ਹੈ। ਜੇ ਇਤਨਾ ਚਿਰ ਕਿਸੇ ਹੋਰ ਪਾਸ ਕੀਰਤਨ ਕਰਦੇ ਤਾਂ ਉਸ ਪਾਸੋਂ ਮਨ ਮੰਗੀ ਮੁਰਾਦ ਪਾ ਲੈਂਦੇ। ਹੁਣ ਤੁਹਾਡੇ ਪਾਸ ਕੀਰਤਨ ਨਹੀਂ ਕਰਨਾ, ਕਿਸੇ ਹੋਰ ਪਾਸ ਕੀਰਤਨ ਕਰਕੇ ਉਸ ਨੂੰ ਗੁਰੂ ਬਣਾ ਕੇ ਮਨ ਮਰਜ਼ੀ ਦਾ ਧਨ ਪਾਵਾਂਗੇ। ਜਥਾ ਅਪਰ ਥਾਨ ਰਹਿ ਕਰ ਕਹੂੰ, ਨਿਜ ਰਾਗ ਸੁਨਾਵੈ। ਲੇਹੇ ਦਰਬ ਉਰ ਭਾਵ ਤੋ, ਕਹਿ ਤਾਨ ਰਿਝਾਵੈ। ਜਿਤੈ ਬਰਖ ਤੁਮ ਢਿਗ ਰਹੇ, ਵਿਦਿਆ ਨਿਜ ਖੋਈ। ਸੁਨ ਰੀਜਤ ਜਾਨਤ ਗੁਣਨ, ਪੈ ਮੌਜ ਨ ਕੋਈ। ਇਸ ਪ੍ਰਕਾਰ ਢੀਠ ਪੁਣੇ ਦੇ ਬਚਨ ਸੁਣ ਕੇ ਸਤਿਗੁਰੂ ਦੇਵ ਜੀ ਸ਼ਾਂਤ ਚਿੱਤ ਰਹੇ, ਕਿਸੇ ਪ੍ਰਕਾਰ ਦਾ ਉੱਤਰ ਨਾ ਦਿੱਤਾ। ਹੰਕਾਰੀ ਦੁਸ਼ਟ ਫੇਰ ਬੋਲੇ, ਤੁਹਾਡੀ ਗੱਦੀ ਸਾਡੇ ਕੀਰਤਨ ਨਾਲ ਹੀ ਹੈ, ਸਾਡੇ ਕੀਰਤਨ ਨਾਲ ਹੀ ਸੰਗਤ ਆ ਕੇ ਜੁੜਦੀ ਹੈ, ਤਾਂ ਤੁਸੀਂ ਆਪਣੀ ਪੂਜਾ ਕਰਾਉਂਦੇ ਹੋ, ਸਾਥੋਂ ਬਗੈਰ ਇਕੱਲੇ ਕੀ ਕਰੋਗੇ? ਅਸੀਂ ਹੀ ਗੁਰਤਾ ਗੱਦੀ ਦਾ ਮੂਲ ਕਾਰਨ ਹਾਂ,
ਦੇਖੋ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਨਹੀਂ ਸੀ ਜਾਣਦਾ। ਜਦੋਂ ਸਾਡੇ ਮਰਦਾਨੇ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੱਤਾਂ ਦੀਪਾਂ ਵਿੱਚ ਮਸ਼ਹੂਰ ਹੋ ਗਏ। ਇਸੇ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਨੂੰ ਅਤੇ ਤੀਸਰੇ ਪਾਤਸ਼ਾਹ ਜੀ ਨੂੰ ਰਬਾਬੀਆਂ ਨੇ ਹੀ ਪ੍ਰਗਟ ਕੀਤਾ। ਤੁਹਾਡੇ ਪਿਤਾ ਚੌਥੇ ਪਾਤਸ਼ਾਹ ਪਾਸ ਵੀ ਕੀਰਤਨ ਹੁੰਦਾ ਜਾਣ ਕੇ ਸੰਗਤ ਆਉਂਦੀ ਸੀ। ਤੁਹਾਨੂੰ ਵੀ ਅਸਾਂ ਨੇ ਮਸ਼ਹੂਰ ਕੀਤਾ ਹੈ ਪਰ ਤੁਸੀਂ ਸਾਡੀ ਕੋਈ ਕਦਰ ਨਾ ਕੀਤੀ। ਸ੍ਰੀ ਨਾਨਕ ਪੂਰਬ ਭਏ ਜਗ ਕਿਨਹੋ ਨਾ ਜਾਣਿਓ, ਮਰਦਾਨਾ ਜਬ ਰਾਖਿਓ ਸਭ ਮਹਿ ਪ੍ਰਗਟਾਨਿਓ। ਸ੍ਰੀ ਅੰਗਦ ਗੁਰ ਅਮਰ ਜੀ ਤੁਮਰੋ ਪਿਤ ਜੋਈ, ਪ੍ਰਗਟ ਰਬਾਬੀ ਕਰਤ ਭੇ ਇਮ ਲਖੈ ਨ ਕੋਈ। ਤੁਮ ਢਿੱਗ ਹਮ ਕੀਰਤਨ ਕਰੈ ਗੁਰ ਮਹਿਮਾ ਗਾਵੈ, ਸੁਨ ਸੁਨ ਸਿੱਖ ਬਹੁ ਦੇਸ਼ ਕੇ ਬਸਤੂ ਗਨ ਲਿਆਵੈ। ਗੁਰੂ ਗੁਰੂ ਉਚਰਹੇ ਤੁਮੈ ਪੂਜਹੇ ਧਨ ਆਨੈ, ਸੁਨ ਕਰ ਹਮਰੇ ਰਾਗ ਕੋ ਸੰਗਤ ਸਭ ਮਾਨੈ। ਇਤਨੋ ਗੁਣ ਹਮਰੋ ਮਹਾ ਕੁਛ ਜਾਣਿਓ ਨਾਹੀ, ਨਾ ਹਿਤ ਆਦਿ ਭੇਟ ਕੋ ਦੇਹੋ ਹਮ ਕਰ ਮਾਹੀ। ਅਬ ਜਾਨੀ ਪਰ ਹੈ ਭਲੇ ਕਿਮ ਗੁਰੂ ਕਹਾਵੋ, ਵਸਤ ਹਜ਼ਾਰ ਹੋ ਦਰਬ ਬਹੁ ਕੈਸੇ ਤੁਮ ਪਾਵੋ। ਹਮ ਅਬ ਰਹਿ ਕੇ ਅਪਰ ਟਿਗਲੇ ਗੁਰੂ ਬਨਾਈ, ਪੂਜਾ ਹੋਵੇ ਤਿਸੀ ਕੀ ਮਾਨੇ ਸਮਦਾਈ। ਹਮ ਅਧੀਨ ਕਰਬੋ ਗੁਰੂ ਨਹਿ ਤੁਮਨੇ ਜਾਨਾ, ਅਬ ਪੀਛੇ ਪਛਤਾਏ ਹੋ ਮਨਤਾ ਹੋਏ ਹਾਨਾ। ਜਹਾਂ ਰਾਗ ਹਮ ਕਰੇਂਗੇ ਗੁਰ ਤਿਸੈ ਬਨਾਵੇ, ਤੁਮਰੇ ਨਿਕਟ ਨ ਜਾਹੇਂਗੇ ਏਕਲ ਰਹਿ ਜਾਵੇ। ਉਹਨਾਂ ਦੇ ਮੁੱਖੋਂ ਇਸ ਤਰ੍ਹਾਂ ਅਸ਼ਰਧਾ ਭਰੇ ਬਚਨ ਸੁਣ ਕੇ ਗੰਭੀਰ ਹਿਰਦੇ ਵਾਲੇ ਸਤਿਗੁਰਾਂ ਨੇ ਆਪਣੀ ਨਿੰਦਿਆ ਦਾ ਤਾਂ ਕੋਈ ਖਿਆਲ ਨਾ ਕੀਤਾ, ਪਰ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਦਿ ਚਾਰੇ ਗੁਰਾਂ ਦੀ ਨਿੰਦਿਆ ਕੀਤੀ ਤਾਂ ਤਿਰਕਾਰਾਂ ਪਾਉਂਦੇ ਹੋਏ ਹਜ਼ੂਰ ਘਰੋਂ ਬਾਹਰ ਆ ਗਏ ਅਤੇ ਆਉਂਦਿਆਂ ਹੋਇਆਂ ਕਿਹਾ ਕਿ ਜਿਸ ਮੂੰਹ ਨਾਲ ਬੇਦੀ ਕੁੱਲ ਦੇ ਤਿਲਕ ਸ਼੍ਰੋਮਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੰਦਿਆ ਕੀਤੀ ਹੈ, ਉਹ ਮੂੰਹ ਤੁਹਾਡਾ ਪੱਕ ਜਾਵੇ, ਤੁਹਾਡੀ ਦੇਹ ਫਿੱਟ ਜਾਵੇਗੀ, ਸਰੀਰ ਤੇ ਕੋੜ ਦਾ ਰੋਗ ਹੋ ਜਾਵੇਗਾ। ਅੱਜ ਤੋਂ ਕੋਈ ਸਿੱਖ ਤੁਹਾਨੂੰ ਮੂੰਹ ਨਹੀਂ ਲਾਵੇਗਾ ਤੇ ਜੇ ਕੋਈ ਸਾਡੇ ਪਾਸ ਤੁਹਾਡੀ ਸਿਫਾਰਿਸ਼ ਵੀ ਕਰੇਗਾ ਤਾਂ ਉਸਦਾ ਸਿਰ ਮੁੰਨ ਕੇ ਮੂੰਹ ਕਾਲਾ ਕਰਕੇ ਖੋਤੇ ਤੇ ਚੜਾ ਕੇ ਗਲੀ ਗਲੀ ਵਿੱਚ ਫੇਰਿਆ ਜਾਵੇਗਾ। ਜਥਾ ਸ੍ਰੀ ਅਰਜਨ ਚਿਤ ਸ਼ਾਂਤ ਅਤ ਬਹੁ ਸ਼ਿਮਾ ਨਿਧਾਨਾ, ਨਿਜ ਨਿੰਦਾ ਤੇ ਸ਼ੁਭਤ ਨਹਿ ਸੁਨ ਕਛ ਨਾ ਬਖਾਨਾ। ਸ੍ਰੀ ਨਾਨਕ ਤੇ ਆਦਿ ਕੀ ਜਬ ਨਿੰਦ ਸੁਣਾਈ, ਕਰ ਧਿਕਾਰ ਨਿਕਸੇ ਸਦਨ ਰਿਸ ਉਰ ਮੈਂ ਸ਼ਾਈ। ਬੇਦੀ ਕੁਲ ਤੇ ਤਿਲਕ ਕੀ ਨਿੰਦਾ ਤੁਮ ਕੀਨੀ, ਫਿੱਟ ਜਾਵੇਗੀ ਦੇਹ ਤੁਮ ਰੁਜਤੇ ਹੋਏ ਹੀ ਨੀ। ਇਮ ਕਹਿ ਸਤਿਗੁਰ ਆਏ ਕਰ ਥਲ ਥੜੇ ਸੁਹਾਏ, ਸਭ ਸੰਗਤ ਇਕੱਠੀ ਪਈ ਦੀਵਾਨ ਲਗਾਏ।
ਸਿੱਖਨ ਕੋ ਆਇਸ ਦਈ। ਤੁਮ ਰਾਗ ਸੁਣਾਵੋ ਗਾਵੋ ਸ਼ਬਦ ਸੁਤਾਨ ਜੁਤ ਵਿਦਿਆ ਇਹੋ ਪਾਵੋ। ਇਸ ਪ੍ਰਕਾਰ ਦੇ ਬਚਨ ਡੂਮਾ ਨੂੰ ਕਹਿ ਕੇ ਗੁਰੂ ਸਾਹਿਬ ਜੀ 68 ਘਾਟ ਵਾਲੀ ਜਗ੍ਹਾ ਉੱਪਰ ਪਹੁੰਚੇ। ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤੇ ਸਿੱਖਾਂ ਨੂੰ ਕਿਹਾ, ਪ੍ਰੇਮੀਓ ਹੁਣ ਤੁਸਾਂ ਨੇ ਹੀ ਕੀਰਤਨ ਕਰਨਾ ਹੈ, ਤੁਹਾਨੂੰ ਰਾਗ ਵਿਦਿਆ ਆ ਜਾਵੇਗੀ। ਆਓ ਸਾਜ ਫੜ ਕੇ ਕੀਰਤਨ ਸ਼ੁਰੂ ਕਰ ਦਿਓ। ਉਸ ਸਮੇਂ ਹਜ਼ੂਰ ਦਾ ਬਚਨ ਮੰਨ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਸਰੰਦਾ ਫੜ ਲਿਆ। ਭਾਈ ਗੁਰਦਾਸ ਜੀ ਨੇ ਜੋੜੀ ਅਤੇ ਆਪ ਗੁਰੂ ਜੀ ਨੇ ਤੰਬੂਰਾ ਲੈ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸੰਗਤ ਨੂੰ ਇਤਨਾ ਆਨੰਦ ਆਇਆ ਕਿ ਸਭਨਾਂ ਨੂੰ ਦੇਸ਼ ਕਾਲ ਹੀ ਭੁੱਲ ਗਿਆ। ਸਿੱਖ ਹੈਰਾਨ ਹੋਏ, ਅਸੀਂ ਤਾਂ ਕਦੇ ਕੀਰਤਨ ਕੀਤਾ ਹੀ ਨਹੀਂ ਸੀ, ਅੱਜ ਪਹਿਲੇ ਦਿਨ ਹੀ ਚੰਗਾ ਕਰ ਰਹੇ ਹਾਂ। ਬਚਨ ਮਾਨਵੇ ਗੁਰੂ ਕੋ ਵਿਦਿਆ ਸਭ ਪਾਈ, ਜਾਣਤ ਹੁਤੇ ਨਾਰਾਗ ਕੋ ਗਾਵਤ ਬਿਸਮਾਈ। ਸੁਨ ਸਿੱਖਣ ਕੇ ਰਾਗ ਕੋ ਗੁਰ ਭਏ ਪ੍ਰਸੰਨਾ, ਬਰ ਦੀਨੋ ਤੁਮ ਪ੍ਰੇਮ ਜੁਤ ਹਮਰੋ ਬਚ ਮੰਨਾ। ਅਬ ਤੇ ਵਿਦਿਆ ਰਾਗ ਕੀ ਸਿੱਖਣ ਮਹਿ ਆਈ, ਗਾਵਹਿ ਸੁਨਹਿ ਸੁਪ੍ਰੀਤ ਧਰ ਲੇ ਸ਼ੁਭ ਗਤ ਪਾਈ। ਡੂਮ ਜਾਤ ਪਛਤਾਏ ਹੈ ਤ੍ਰਿਸ਼ਨਾ ਡਹਿਕਾਏ, ਲੀਏ ਸ਼ਬਦ ਘਰ ਘਰ ਫਿਰਹੇ ਨਹਿ ਹੋਏ ਤ੍ਰਿਪਤਾਏ, ਪਾਏ ਅਨਾਦਰ ਜਿਤ ਕੀਤੀ ਬਿਨ ਕਹੇ ਸੋ ਜਾਵੈ, ਤਉ ਨ ਸਿੱਖ ਮੁਖ ਲਾਏ ਹੈ ਦੁਖ ਲਹਿ ਅਕਲਾਵੈ। ਇਉਂ ਸਤਿਗੁਰਾਂ ਦੇ ਬਚਨਾਂ ਦੁਆਰੇ ਗੁਰਸਿੱਖਾਂ ਨੇ ਤਾਂ ਕੀਰਤਨ ਕਰਨ ਦਾ ਵਰ ਪਾ ਲਿਆ ਅਤੇ ਮੂਰਖ ਡੂਮਾ ਨੂੰ ਆਪਣੇ ਕਰਮਾਂ ਅਨੁਸਾਰ ਸਰਾਪ ਮਿਲ ਗਿਆ। ਉਸੇ ਦਿਨ ਤੋਂ ਉਹਨਾਂ ਦੇ ਸਰੀਰ ਫਿੱਟ ਗਏ ਤੇ ਮੂੰਹ ਪੱਕ ਗਏ। ਸਤਿਗੁਰਾਂ ਦੇ ਬਚਨਾਂ ਦੀ ਭੈ ਕਰਕੇ ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ। ਸਾਰੇ ਹੀ ਦੂਰੋਂ ਆਉਂਦਿਆਂ ਵੇਖ ਕੇ ਇੱਧਰ ਉੱਧਰ ਹੋ ਜਾਂਦੇ। ਜਿਸ ਵੇਲੇ ਬੜੇ ਦੁੱਖ ਦੇ ਕਾਰਨ ਹੰਕਾਰ ਦੂਰ ਹੋ ਗਿਆ ਤਾਂ ਪਛਤਾਤਾਪ ਕਰਨ ਲੱਗ ਪਏ ਕਿ ਅਸੀਂ ਕੀ ਸਾਂ, ਗਰੀਬੀ ਦੇ ਦਬਾਏ ਹੋਏ ਧੱਕੇ ਖਾਂਦੇ ਫਿਰਦੇ ਸਾਂ, ਇਹਨਾਂ ਦੀ ਕਿਰਪਾ ਨਾਲ ਹੁਣ ਸਾਨੂੰ ਸਨਮਾਨ ਮਿਲਿਆ ਸੀ ਪਰ ਅਸਾਂ ਨੇ ਇਹਨਾਂ ਦਾ ਕਦਰ ਨਹੀਂ ਪਾਇਆ, ਬਲਕਿ ਇਹ ਸਾਡੇ ਘਰ ਚੱਲ ਕੇ ਆਏ ਸਨ, ਅਸਾਂ ਨੇ ਫਿਰ ਵੀ ਮਾਫ਼ੀ ਨਾ ਮੰਗੀ। ਹੁਣ ਕਿਸ ਨੂੰ ਆਖੀਏ, ਜਿਹੜਾ ਕੋਈ ਸਿੱਖ ਸਾਡੀ ਸਿਫਾਰਿਸ਼ ਕਰਕੇ ਸਾਨੂੰ ਬਖਸ਼ਾ ਦੇਵੇ। ਸੋਚਦਿਆਂ ਨੂੰ ਇਹ ਗੱਲ ਫੁਰੀ ਕਿ ਲਾਹੌਰ ਸ਼ਹਿਰ ਭਾਈ ਲੱਦੇ ਪਾਸ ਆ ਜਾ ਕੇ ਬੇਨਤੀ ਕਰੀਏ, ਸ਼ਾਇਦ ਸਾਡੇ ਉੱਪਰ ਤਰਸ ਕਰਕੇ ਉਹ ਹੀ ਸਾਡੀ ਬੌੜੀ ਕਰੇ, ਕਿਉਂਕਿ ਉਹ ਪਰਉਪਕਾਰੀ ਹੈ। ਇਹਨਾਂ ਨੇ ਕਈ ਵਾਰੀ ਭਾਈ ਗੁਰਦਾਸ ਜੀ ਤੇ ਹੋਰ ਸਿੱਖਾਂ ਤੋਂ ਭਾਈ ਲੱਦੇ ਦੀ ਸਿਫਤ ਸੁਣੀ ਹੋਈ ਸੀ। ਇਉਂ ਸੋਚ ਕੇ ਆਪਣੇ ਫਿੱਟੇ ਸਰੀਰ ਚਾਦਰੇ ਨਾਲ ਢੱਕ ਲਏ ਤੇ ਲਾਹੌਰ ਵੱਲ ਚੱਲ ਪਏ। ਅਰ ਇੱਕ ਦੋ ਦਿਨਾਂ ਵਿੱਚ ਲਾਹੌਰ ਸ਼ਹਿਰ ਜਾ ਪੁੱਜੇ। ਭਾਈ ਲੱਦੇ ਦਾ ਘਰ ਪੁੱਛ ਕੇ ਬੂਹੇ ਅੱਗੇ ਆ ਖੜੇ ਹੋਏ। ਜਿਸ ਵੇਲੇ ਭਾਈ ਲੱਦੇ ਨੂੰ ਪਤਾ ਲੱਗਿਆ ਕਿ ਇਹ ਸਤਿਗੁਰਾਂ ਦੇ ਫਿਟਕਾਰੀ ਗੁਰਨਿੰਦਕ ਡੂਮ ਆਏ ਹਨ ਤਾਂ ਬੂਹਾ ਬੰਦ ਕਰ ਲਿਆ
ਫਿਰ ਤਾਂ ਇਹਨਾਂ ਦੇ ਮਨ ਦੀ ਰਹਿੰਦੀ ਖੂੰਹਦੀ ਧੀਰਜ ਵੀ ਟੁੱਟ ਗਈ। ਪਰ ਉਸੇ ਜਗ੍ਹਾ ਬੂਹਾ ਮੱਲ ਕੇ ਬੈਠ ਗਏ ਤੇ ਬੇਨਤੀਆਂ ਕਰਨ ਲੱਗ ਪਏ। ਭਾਈ ਸਾਹਿਬ ਜੀ, ਬੂਹਾ ਖੋਲੋ, ਅਸੀਂ ਤਾਂ ਤੁਹਾਡੀ ਸਿਫਤ ਸੁਣ ਕੇ ਆਏ ਹਾਂ, ਇੱਥੋਂ ਵਾਪਸ ਨਹੀਂ ਮੁੜਾਂਗੇ, ਜਾਂ ਸਾਨੂੰ ਹੁਣ ਸਤਿਗੁਰਾਂ ਪਾਸੋਂ ਬਖਸ਼ਾ ਦਿਓ, ਨਹੀਂ ਤਾਂ ਇੱਥੇ ਹੀ ਅਸੀਂ ਆਪਣੇ ਪ੍ਰਾਣ ਤਿਆਗ ਦਿਆਂਗੇ। ਪਹੁੰਚੇ ਲੱਦੇ ਕੇ ਸਦਨ ਕਿਨ ਜਾਏ ਸੁਨਾਵਾ, ਸੱਤੇ ਜੁੱਤ ਬਲਵੰਡ ਜੋ ਤੇਰੇ ਗ੍ਰਹਿ ਆਵਾ, ਦੌਰ ਪੌਰ ਪਟ ਭੇਰ ਕੈ ਅੰਤਰ ਹੋਏ ਬੈਸਾ, ਫਿਟਕੇ ਸ੍ਰੀ ਅਰਜਨ ਗੁਰੂ ਦੁੱਖ ਬਾਢਿਓ ਤੈਸਾ, ਪੌਰ ਖਰੇ ਹੋਏ ਕੌਰ ਲੱਗ ਬਹੁ ਬਿਨੈ ਬਖਾਨੀ, ਤਰਾਹ ਤਰਾਹ ਸ਼ਰਨੀ ਪਰੇ ਸੁਨ ਸਿਫਤ ਮਹਾਨੀ, ਗੁਰ ਸਿੱਖਿਅਨ ਮਹਿ ਨਾਮ ਤੁਵ ਕਹਿ ਪਰ ਉਪਕਾਰੀ, ਕਰ ਸਹਾਇਤਾ ਦੀਨ ਲਖ ਕਟ ਬ੍ਰਿਥਾ ਹਮਾਰੀ, ਲਾਜ ਨਾਮ ਕੀ ਰਾਖੀਏ ਅਰਦਾਸ ਸੁਨੀਜੈ, ਏਕ ਬਾਰ ਸ੍ਰੀ ਗੁਰ ਨਿਕਟ ਹਮਰੀ ਸੁਧ ਦੀਜੈ, ਆਨ ਥਾਨ ਤੁਝ ਬਿਨਾ ਨਹਿ ਜਿਸਕੇ ਟਿਗ ਜਾਵੈ, ਦਰ ਤੇਰੇ ਹਮ ਪਰ ਰਹੇ ਕਰ ਜਯੋ ਉਰ ਭਾਵੈ, ਮਾਰੋ ਕਿਦਹੁ ਜਿਵਾਏ ਦਿਹੋ ਹਮ ਤੋਹੇ ਅਧੀਨਾ, ਘਰ ਨਿਕਸੇ ਤੱਕ ਸ਼ਰਨ ਤੁਵ ਕੀ ਜਿਹੇ ਦੁੱਖ ਹੀਨਾ। ਜਦ ਇਹਨਾਂ ਦੋਹਾਂ ਭਰਾਵਾਂ ਨੇ ਭਾਈ ਲੱਦੇ ਪਾਸ ਇਸ ਪ੍ਰਕਾਰ ਬੇਨਤੀ ਕੀਤੀ ਤਾਂ ਭਾਈ ਲੱਦੇ ਦਾ ਮਨ ਪ੍ਰਸੰਨਤਾ ਵਿੱਚ ਆ ਗਿਆ ਅਤੇ ਚਿੱਤ ਵਿੱਚ ਸੋਚਦਾ ਹੈ, ਜੇ ਮੈਂ ਪਰਉਪਕਾਰ ਵਾਲਾ ਕੰਮ ਕਰਦਾ ਹਾਂ ਤਾਂ ਹੀ ਇਹ ਮੇਰੇ ਪਾਸ ਆਏ ਹਨ, ਜੇ ਹੁਣ ਇਹਨਾਂ ਤੇ ਪਰਉਪਕਾਰ ਨਾ ਕਰਾਂ ਤਾਂ ਮੈਨੂੰ ਕਿਸੇ ਨੇ ਪਰਉਪਕਾਰੀ ਨਹੀਂ ਕਹਿਣਾ, ਇਸ ਤੇ ਇਹਨਾਂ ਉੱਤੇ ਵੀ ਪਰਉਪਕਾਰ ਕਰਨਾ ਚਾਹੀਦਾ ਹੈ। ਇਉਂ ਵਿਚਾਰ ਕੇ ਬੂਹਾ ਖੋਲ ਦਿੱਤਾ, ਅੰਦਰ ਬੁਲਾਏ, ਆਦਰ ਕੀਤਾ, ਜਲ ਪਾਣੀ ਛਕਾ ਕੇ ਸਾਰੀ ਗੱਲ ਪੁੱਛੀ ਕਿ ਗੁਰੂ ਪਿਆਰਿਓ ਕੀ ਗੱਲ ਹੈ। ਇਹਨਾਂ ਨੇ ਆਪਣੀ ਹੱਡ ਬੀਤੀ ਸਾਰੀ ਗੱਲ ਸੁਣ ਕੇ ਇਹ ਵੀ ਦੱਸੀ ਕਿ ਗੁਰਾਂ ਨੇ ਕਿਹਾ ਹੈ ਇਹਨਾਂ ਡੂਮਾਂ ਨੂੰ ਬਖਸ਼ਾਉਣ ਵਾਸਤੇ, ਜਿਹੜਾ ਵੀ ਸਾਡੇ ਪਾਸ ਆ ਕੇ ਇਹਨਾਂ ਦੀ ਸਿਫਾਰਿਸ਼ ਕਰੇਗਾ ਉਸਦਾ ਸਿਰ ਮੁੰਨ ਕੇ ਮੂੰਹ ਕਾਲਾ ਕਰਕੇ ਗਧੇ ਉੱਪਰ ਚੜਾ ਕੇ ਗਲੀ ਗਲੀ ਵਿੱਚ ਫੇਰਾਂਗੇ। ਇਹ ਗੱਲ ਸੁਣ ਕੇ ਭਾਈ ਲੱਦਾ ਜੀ ਬੜੇ ਹੀ ਪ੍ਰਸੰਨ ਹੋਏ ਕਿ ਇਹ ਤਾਂ ਮਾਮੂਲੀ ਗੱਲ ਹੈ। ਉਸੇ ਵੇਲੇ ਸਿਰ ਮਨਵਾ ਕੇ ਮੂੰਹ ਕਾਲਾ ਕਰਕੇ ਘੁਮਿਆਰਾਂ ਦਾ ਖੋਤਾ ਪਾੜੇ ਕਰਕੇ ਉੱਪਰ ਚੜ੍ਹ ਬੈਠੇ। ਅੱਗੇ ਅੱਗੇ ਢੋਲ ਵਾਲਾ ਲਾ ਲਿਆ, ਮਗਰ ਖੋਤੇ ਤੇ ਬੈਠੇ ਭਾਈ ਲੱਦਾ ਜੀ ਜਾ ਰਹੇ ਹਨ, ਨਾਲ ਸ਼ਹਿਰ ਦੇ ਬੱਚੇ ਤੇ ਹੋਰ ਤਮਾਸ਼ਬੀਨ ਹਨ। ਪਹਿਲਾਂ ਸਾਰੇ ਲਾਹੌਰ ਸ਼ਹਿਰ ਵਿੱਚ ਫਿਰੇ, ਫਿਰ ਅੰਮ੍ਰਿਤਸਰ ਨੂੰ ਆਏ, ਸਾਰੇ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਵਿੱਚ ਫਿਰ ਕੇ ਜਦੋਂ ਆਪ ਬਾਬੇ ਅਟਲ ਰਾਏ ਸਾਹਿਬ ਜੀ ਵੱਲੋਂ ਮੰਜੀ ਸਾਹਿਬ ਨੂੰ ਆਏ ਤਾਂ ਅੰਤਰਜਾਮੀ ਸਤਿਗੁਰੂ ਜੀ 68 ਘਾਟ ਉੱਪਰ ਸੱਜੇ ਸੰਗਤਾਂ ਨੂੰ ਦਰਸ਼ਨ ਬਖਸ਼ ਰਹੇ ਸਨ। ਪੁੱਛਿਆ, ਪ੍ਰੇਮੀਓ ਕੀ ਗੱਲ ਹੈ, ਬੜਾ ਰੌਲਾ ਪੈਂਦਾ ਤੇ ਢੋਲ ਵੱਜ ਰਿਹਾ ਹੈ। ਤਾਂ ਸਿੱਖਾਂ ਨੇ ਸਾਰੀ ਵਾਰਤਾ ਦੱਸੀ। ਮਹਾਰਾਜ, ਆਪ ਜੀ ਦੇ ਹੁਕਮ ਦੀ ਪਾਲਣਾ ਕਰਕੇ ਭਾਈ ਲੱਦਾ ਜੀ
ਗੁਰ ਨਿੰਦਕਾਂ ਡੂਮਾਂ ਨੂੰ ਬਖਸ਼ਾਉਣ ਵਾਸਤੇ ਆ ਰਿਹਾ ਹੈ। ਇਤਨੇ ਨੂੰ ਖੋਤੇ ਤੋਂ ਉਤਰ ਕੇ ਉਸੇ ਤਰ੍ਹਾਂ ਦੇ ਰੂਪ ਵਿੱਚ ਭਾਈ ਲੱਦਾ ਜੀ ਗੁਰੂ ਜੀ ਦੇ ਪਾਸ ਚਲੇ ਗਏ। ਦੂਰੋਂ ਹੀ ਮੱਥਾ ਟੇਕਿਆ ਤੇ ਹੱਥ ਜੋੜ ਕੇ ਕਿਹਾ, ਮਹਾਰਾਜ ਹਜ਼ੂਰ ਦਾ ਕੋਈ ਹੋਰ ਹੁਕਮ ਹੋਵੇ ਤਾਂ ਦੱਸੋ, ਪਹਿਲਾਂ ਉਹ ਪੂਰਾ ਕਰਾਂ ਫਿਰ ਮੈਂ ਇਹਨਾਂ ਲਈ ਬੇਨਤੀ ਕਰਾਂਗਾ। ਜਿਸ ਵੇਲੇ ਸਤਿਗੁਰੂ ਜੀ ਨੇ ਪਿਆਰੇ ਸਿੱਖ ਨੂੰ ਪਰਉਪਕਾਰ ਵਾਸਤੇ ਇਸ ਰੂਪ ਵਿੱਚ ਤੱਕਿਆ ਤਾਂ ਨੇਤਰਾਂ ਵਿੱਚ ਜਲ ਆ ਗਿਆ ਅਤੇ ਕਿਹਾ, ਭਾਈ ਲੱਦਾ ਤੂੰ ਉਂਝ ਹੀ ਆ ਕੇ ਇਹਨਾਂ ਲਈ ਆਖਦਾ ਤਾਂ ਤੇਰਾ ਬਚਨ ਮੰਨ ਕੇ ਬਖਸ਼ ਦੇਣਾ ਸੀ। ਜਥਾ ਸ੍ਰੀ ਅਰਜਨ ਅਵਲੋਕਨ ਕੀਨਸ ਲੋਚਨ ਜਲ ਪੂਰਨ ਹੋਏ ਆਏ, ਗੁਰ ਮਾਰੇ ਕੋ ਸਿੱਖੇ ਬਚਾਵੇ, ਸਿੱਖ ਮਾਰੇ ਤਿਸ ਨਹਿ ਕਿਤ ਥਾਏ। ਫਿਰ ਸਿੱਖਾਂ ਨੂੰ ਭੇਜ ਕੇ ਭਾਈ ਲੱਦੇ ਨੂੰ ਇਸ਼ਨਾਨ ਕਰਾ ਕੇ ਪਾਸ ਬੁਲਾਇਆ। ਭਾਈ ਲੱਦੇ ਨੇ ਜਾ ਕੇ ਮੱਥਾ ਟੇਕਿਆ ਅਤੇ ਹਜ਼ੂਰ ਪਾਸ ਬਖਸ਼ਾਉਣ ਵਾਸਤੇ ਡੂਮਾਂ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਹੇ ਭਾਈ ਲੱਦਾ ਜੀ, ਜਿਸ ਤਰ੍ਹਾਂ ਦੇ ਬਚਨ ਇਹਨਾਂ ਨੇ ਉਚਾਰੇ ਹਨ ਉਸ ਤਰ੍ਹਾਂ ਤਾਂ ਇਹ ਬਖਸ਼ੇ ਨਹੀਂ ਜਾਣੇ ਸਨ, ਪਰ ਤੇਰਾ ਬਚਨ ਅਮੋੜ ਹੈ, ਤੇਰੇ ਕਹੇ ਬਖਸ਼ ਦਿੰਦੇ ਹਾਂ। ਪਰ ਜਿਸ ਮੂੰਹ ਨਾਲ ਇਹਨਾਂ ਨੇ ਸਤਿਗੁਰਾਂ ਦੀ ਨਿੰਦਿਆ ਕੀਤੀ ਹੈ ਉਸੇ ਮੂੰਹ ਨਾਲ ਗੁਰਾਂ ਦੀ ਉਸਤਤ ਕਰਨ ਤਾਂ ਬਖਸ਼ੇ ਜਾਣਗੇ। ਇਹ ਗੱਲ ਸੁਣ ਕੇ ਭਾਈ ਲੱਦੇ ਨੇ ਉਹਨਾਂ ਡੂਮਾਂ ਨੂੰ ਕਿਹਾ, ਜਾਓ ਪਹਿਲਾਂ ਦੁੱਖ ਭੰਜਨੀ ਸਾਹਿਬ ਵਾਲੀ ਜਗ੍ਹਾ ਤੇ ਇਸ਼ਨਾਨ ਕਰੋ, ਫਿਰ ਆ ਕੇ ਸਤਿਗੁਰਾਂ ਦਾ ਜਸ ਕਰੋ। ਇਹ ਗੱਲ ਸੁਣ ਕੇ ਦੋਵੇਂ ਭਰਾ ਬੜੇ ਪ੍ਰਸੰਨ ਹੋਏ। ਜਦੋਂ ਇਸ਼ਨਾਨ ਕਰਕੇ ਆਏ ਤਾਂ ਇਹਨਾਂ ਦੀ ਜ਼ੁਬਾਨ ਨਾ ਚੱਲੀ, ਗੁਰ ਨਿੰਦਿਆ ਕਰਕੇ ਪੱਕ ਗਈ ਸੀ। ਤਦੋਂ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਨਾਲ ਇਹਨਾਂ ਦੀ ਜੀਭ ਤੇ ਕਲਮ ਫੇਰੀ ਤਾਂ ਜ਼ੁਬਾਨ ਖੁੱਲ੍ਹ ਗਈ। ਉਸੀ ਵੇਲੇ ਇਹਨਾਂ ਨੇ ਚਾਰ ਪੌੜੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇਕੱਠੀ ਸਿਫਤ ਤੇ ਪੰਜਵੀਂ ਪੌੜੀ ਵਿੱਚ ਕੇਵਲ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਿਫਤ ਕੀਤੀ। ਛੇਵੀਂ ਪੌੜੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਸਿਫਤ ਕੀਤੀ। ਸੱਤਵੀਂ ਪੌੜੀ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਸਤਤ ਕੀਤੀ ਅਤੇ ਅੱਠਵੀਂ ਪੌੜੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤੀ ਉਚਾਰ ਕੇ ਚਰਨਾਂ ਉੱਪਰ ਡਿੱਗ ਕੇ ਮੁਆਫ਼ੀ ਮੰਗ ਕੇ ਫੇਰ ਕੀਰਤਨ ਕਰਨ ਦੇ ਅਧਿਕਾਰੀ ਬਣੇ। ਇਹ ਸਾਰਾ ਪ੍ਰਸੰਗ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਰਾਸ ਤੀਜੀ ਧਿਆਏ 43 ਤੋਂ 45 ਤੱਕ ਕਥਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।